ਸ਼ਕਾਲ ਗੁਰੀ ਸਤਿ ਸ਼੍ਰੀ ਅਕਾਲ ਰੌਣਕ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੰਗ੍ਰੈਚੁਲੇਸ਼ਨਸ ਤੁਹਾਡੀ ਫਿਲਮ ਲਵਰ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਤੇ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਹੈ ਟ੍ਰੇਲਰ ਨੂੰ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਤੁਸੀਂ ਇੰਨਾ ਐਪਰੀਸ਼ੀਏਟ ਕਰ ਰਹੇ ਹੋ ਸਾਰੇ ਟ੍ਰੇਲਰ ਨੂੰ ਬਾਕੀ ਗਾਣੇ ਨੂੰ ਰੌਣਕ ਤੁਸੀਂ ਫਿਲਮ ਦੇ ਵਿੱਚ ਕਾਫੀ ਜ਼ਿਆਦਾ ਤੜਪਾ ਰਹੇ ਹੋ ਹੈ ਨਾ ਗੁਰੀ ਨੂੰ ਕਾਫੀ ਜ਼ਿਆਦਾ ਹੱਦ ਤੋਂ ਵੀ ਜ਼ਿਆਦਾ ਕਦੇ ਰੀਅਲ ਲਾਈਫ ਦੇ ਵਿੱਚ ਇੰਨਾ ਤੜਪਾਇਆ ਕਿਸੇ ਨੂੰ ਇਹਨੇ ਸੇ ਕੀ ਕਹਿਣਾ ਇਹਨੇ ਕਹਿਣਾ ਨਹੀਂ ਮਤਲਬ ਪਿਆਰ ਹੋ ਗਿਆ ਹੋਵੇ ਛੋਟਾ ਜਿਹਾ ਫੇਅਰ ਹੋ ਗਿਆ ਹੋਵੇ ਫੇਰ ਨਹੀਂ ਹੋਇਆ ਉਹੀ ਮੈਂ ਕਹਿੰਦਾ ਨਾ ਵਨ ਸਾਈਡਡ ਲਵ ਹੋਇਆ ਉਹ ਵਧੀਆ ਹੁੰਦਾ ਅੱਛਾ ਤੁਹਾਨੂੰ ਹੀ ਹੋਇਆ ਸੀ ਵਨ ਸਾਈਡਡ ਹਾਂ ਮੈਨੂੰ ਵਨ ਸਾਈਡ ਅੱਛਾ ਇਹ ਕੁਐਸਚਨ ਤੁਹਾਡੇ ਦੋਨਾਂ ਦੇ ਲਈ ਹੈ ਲਵ ਸ਼ਬਦ ਸੁਣਦੇ ਹੀ ਸਭ ਤੋਂ ਪਹਿਲਾਂ ਮਾਈਂਡ ਦੇ ਵਿੱਚ ਕੀ ਆਉਂਦਾ ਹੈ ਲਵ ਲਵ ਤੋਂ ਹੀ ਆ ਕਿ ਸਾਰਾ ਕੁਝ ਮਤਲਬ ਕਿ ਲਵ ਤੋਂ ਉੱਪਰ ਕੁਝ ਨਹੀਂ ਆ ਵੀ ਤੁਹਾਡੇ ਲਾਈਫ 'ਚ ਜੇ ਪਿਆਰ ਆ ਉਹ ਕਿਸੇ ਲਈ ਵੀ ਆ ਚਾਹੇ ਇੱਦਾਂ ਹੀ ਮੂਵੀ ਦੇ ਵਿੱਚ ਵੀ ਆ ਕਿਉਂਕਿ ਉਹਦੇ ਲਈ ਸਾਰਾ ਕੁਛ ਹੀ ਉਹ ਕਿਉਂਕਿ ਟੀਨੇਜਰ ਆ ਉਦੋਂ ਤੁਹਾਡਾ ਮਾਇੰਡ ਸੈੱਟ ਜੋ ਹੋ ਗਿਆ ਉਹਦੀ ਲਾਈਫ 'ਚ ਪਿਆਰ ਹੀ ਆ ਜੋ ਸਾਰਾ ਕੁਛ ਆ ਉਹ ਸਕੂਲ ਜਾਂਦਾ ਕੁਛ ਵੀ ਜਾਂਦਾ ਆ ਕਿਤੇ ਉਹਦੀ ਜੋ ਵੀ ਉਹ ਸੋਚਦਾ ਉਹ ਸਿਰਫ ਪਿਆਰ ਨੂੰ ਲੈ ਕੇ ਸੋਚਦਾ ਉਹਦੇ ਮਾਇੰਡ 'ਚ ਉਹੀ ਚੀਜ਼ ਸੈੱਟ ਹੋਈ ਹੋਈ ਆ ਬਾਕੀ ਇੱਦਾਂ ਹੀ ਆਪਣੀ ਲਾਈਫ 'ਚ ਵੀ ਹਾਂ ਲਵ ਸੁਣ ਕੇ ਹੀ ਹੁੰਦਾ ਵੀ ਹਾਂ ਪਿਆਰ ਨਾਲ ਉਹ ਸਾਰਿਆਂ ਨਾਲ ਐਂਡ ਰੌਣਕ ਦੇ ਮਾਇੰਡ ਵਿੱਚ ਕੀ ਹੁੰਦਾ ਲਾਲੀ ਤੇਰੀ ਹੀਰ ਕਿਉਂਕਿ ਸੈੱਟ ਤੇ ਨਾ ਕਾਫੀ ਜ਼ਿਆਦਾ ਲਵੀ ਡਵੀ ਮਾਹੌਲ ਰਹਿੰਦਾ ਹੋਏਗਾ ਆਈ ਗੈਸ ਤੁਸੀਂ ਇੱਕ ਦੂਜੇ ਦੇ ਨਾਲ ਆਪਣੀ ਲਵ ਲਾਈਫ ਤੇ ਕੁਝ ਕਿੱਸੇ ਤਾਂ ਜ਼ਰੂਰ ਸ਼ੇਅਰ ਕੀਤੇ ਹੋਣਗੇ ਨਹੀਂ ਇਹ ਕਹਿੰਦੇ ਮੈਨੂੰ ਕਦੇ ਲਵ ਹੀ ਨਹੀਂ ਹੋਇਆਗਾ ਨਹੀਂ ਹੋਇਆ ਨਹੀਂ ਵੈਸੇ ਝੂਠ ਬੋਲਦੀ ਹੋਣੀ ਇਦਾਂ ਹੋਇਆ ਨਹੀਂ ਹੋਣਾ ਹਜੇ ਹੋਇਆ ਨਹੀਂ ਜਦੋਂ ਹੋਊਗਾ ਫਿਰ ਦੇਖ ਕਿਸੇ ਦੇ ਨਾਲ ਤਾਂ ਹੋਇਆ ਹੋਏਗਾ ਅੱਛਾ ਤੁਸੀਂ ਆਪਣੀ ਲਾਈਫ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦੇ ਹੋ ਰੌਣਕ ਮੈਂ ਆਪਣੀ ਫੈਮਿਲੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਆਪਣੀ ਮੋਮ ਅਤੇ ਆਪਣੇ ਬ੍ਰਦਰ ਨੂੰ ਸਾਡੇ ਜਿਹੜੇ ਲਵਰਸ ਨੇ ਲਾਲੀ ਤੇ ਹੀਰ ਉਹਨਾਂ ਤੋਂ ਮੈਂ ਪੁੱਛਣਾ ਚਾਹਾਂਗੀ ਕਿ ਉਹਨਾਂ ਦੀ ਫੇਵਰੇਟ ਲਵ ਸਟੋਰੀ ਕਿਹੜੀ ਹੈ ਵੀਰ ਜਾਰਾ ਮੇਰੀ ਮਤਲਬ ਕਿ ਮੂਵੀ ਦੇ ਵਿੱਚ ਜੇ ਮੈਂ ਦੇਖਾਂ ਤਾਂ ਮੈਨੂੰ ਵੀਰ ਜਾਰਾ ਬਹੁਤ ਜ਼ਬਰਦਸਤ ਲੱਗਦੀ ਮੈਂ ਬਹੁਤ ਦੇਖੀ ਉਹ ਅੱਛਾ ਮੇਰੀ ਫੇਵਰੇਟ ਮੂਵੀ ਹੈ ਮਤਲਬ ਕਿ ਜੇ ਰੋਮਾਂਟਿਕ ਮੂਵੀ ਚ ਲੈ ਕੇ ਦੇਖਾਂ ਨਾਈਸ ਚੋਇਸ ਰੌਣਕ ਤੁਹਾਡੀ ਕਿਹੜੀ ਫੇਵਰੇਟ ਲਵ ਸਟੋਰੀ ਹੈ ਆਈ ਥਿੰਕ ਹੀਰ ਰਾਂਝਾ ਹੀਰ ਰਾਂਝਾ ਤਾਂ ਹੀਰ ਨਾ ਹੋ ਗਿਆ ਤਾਂ ਵੀ ਹੀਰ ਰਾਂਝੀ ਬੈਸਟ ਹੋਣੀ ਹੈ ਨਹੀਂ ਹੀਰ ਰਾਂਝਾ ਸੋਹਣੀ ਹੈ ਪਿਆਰੀ ਜੀ ਕਹਾਣੀ ਹੈ ਪਿਆਰੀ ਜੀ ਕਹਾਣੀ ਹੈ ਐਂਡ ਮਾੜਾ ਐਂਡ ਮਾੜਾ ਓਕੇ ਤੇ ਲਵਰ ਦਾ ਤਾਂ ਐਂਡ ਵਧੀਆ ਹੋਏਗਾ ਨਾ ਉਹ ਸਸਪੈਂਸ ਆ ਤੁਹਾਡੇ ਲਈ ਜੇ ਇਦਾਂ ਦੱਸਦਾ ਵੀ ਹਾਂ ਹੈਪੀ ਐਂਡਿੰਗ ਹੀ ਆ ਜਾਂ ਸੈਡ ਐਂਡਿੰਗ ਹੀ ਆ ਤਾਂ ਇਹਦੇ ਵਿੱਚ ਟਵਿਸਟ ਬਹੁਤ ਨੇ ਤੁਹਾਨੂੰ ਐਂ ਲੱਗੂਗਾ ਵੀ ਇੱਕ ਵਾਰ ਇੱਦਾਂ ਹੋ ਜਾਣਾ ਇੱਕ ਵਾਰ ਲੱਗੂਗਾ ਵੀ ਹਾਂ ਇੱਦਾਂ ਹੋ ਜਾਣਾ ਵੀ ਉਹ ਐਂਡ ਤੱਕ ਚੱਲਦੇ ਚੱਲਦੇ ਉਹ ਚੀਜ਼ਾਂ ਚੱਲਦੀਆਂ ਰਹਿਣੀਆਂ ਸਸਪੈਂਸ ਦੇ ਨਾਲ ਹੀ ਪਰ ਉਹ ਸਰਪ੍ਰਾਈਜ਼ ਰਹੂਗਾ ਸਾਰਿਆਂ ਲਈ ਐਂਡ 'ਚ ਓਕੇ ਅਕੋਰਡਿੰਗ ਟੂ ਯੂ ਗਾਈਸ ਤੁਹਾਡੇ ਤੁਹਾਡੇ ਲਵਰ ਦੇ ਵਿੱਚ ਪਰਫੈਕਟ ਪਾਰਟਨਰ ਹੋਣ ਦੇ ਲਈ ਕਿਹੜੀਆਂ ਤਿੰਨ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਪਹਿਲਾਂ ਤੁਸੀਂ ਦੱਸੋ ਅੰਡਰਸਟੈਂਡਿੰਗ ਕੇਅਰਿੰਗ ਤੇ ਮੇਨ ਇਹੀ ਆ ਦੋਨੋਂ ਚੀਜ਼ਾਂ ਜ਼ਿਆਦਾ ਬੈਸਟ ਹੋਣ ਜਾਂਦੀ ਹੈ ਇੱਕ ਹੋਰ ਰਹਿ ਗਈ ਹਾਂਜੀ ਅੰਡਰਸਟੈਂਡਿੰਗ ਕੇਅਰਿੰਗ ਤੇ ਪਿਆਰ ਮਾੜਾ ਮੋਟਾ ਚਾਹੀਦਾ ਪਿਆਰ ਤੇ ਹੋ ਹੀ ਗਿਆ ਲਵ ਸਟੋਰੀ ਵਿੱਚ ਪਿਆਰ ਤਾਂ ਆਬਵੀਅਸਲੀ ਹੋਊਗਾ ਮੇਨ ਅੰਡਰਸਟੈਂਡਿੰਗ ਹੋ ਗਈ ਕੇਅਰਿੰਗ ਹੋ ਗਈ ਵੀ ਇਹੀ ਆ ਵੀ ਬਿਨਾਂ ਦੱਸੇ ਸਾਰਾ ਕੁਝ ਸਮਝ ਸਕੇ ਦੋਨੋਂ ਜਾਣੇ ਰੌਣਕ ਤੁਸੀਂ ਵੀ ਦੱਸ ਦਿਓ ਰਿਸਪੈਕਟ ਹੋਵੇ ਇੱਕ ਦੂਜੇ ਲਈ ਇੱਕ ਦੂਜੇ ਦੇ ਕੰਮ ਲਈ ਇੱਕ ਦੂਜੇ ਦੀ ਚੋਇਸਿਸ ਲਈ ਪਿਆਰ ਹੋਵੇ ਅਤੇ ਨਾਲ ਹੀ ਨਾਲ ਇੱਕ ਦੂਜੇ ਲਈ ਇੱਕ ਸਪੋਰਟ ਹੋਵੇ ਜਿਵੇਂ ਅੰਡਰਸਟੈਂਡਿੰਗ ਹੋਵੇ ਇੱਕ ਸਪੋਰਟ ਸਿਸਟਮ ਬਣੇ ਇੱਕ ਦੂਜੇ ਦਾ ਸੇਮ ਹੀ ਸੀ ਜ਼ਿਆਦਾ ਫਰਕ ਨਹੀਂ ਸੀ ਦੋਨਾਂ ਦੇ ਵਿੱਚ ਜ਼ਿਆਦਾ ਉਹਨੂੰ ਬਸ ਹੋਰ ਢੰਗ ਨਾਲ ਦੱਸਤਾ ਜੀ ਲੈਟਸ ਸੀ ਸਾਡੇ ਲਾਲੀ ਤੇ ਹੀਰ ਦੇ ਵਿੱਚ ਕਿੰਨੀ ਸਟਰੋਂਗ ਕੈਮਿਸਟਰੀ ਹੈ ਤੇ ਇੱਕ ਦੂਜੇ ਨੂੰ ਕਿੰਨਾ ਜਾਣਦੇ ਨੇ ਹੀਰ ਮੈਂ ਰੌਣਕ ਜੀ ਬੋਲਿਆ ਹੈ ਨਾ ਰੌਣਕ ਮੈਂ ਤੁਹਾਨੂੰ ਗੁਰੀ ਦੇ ਰਿਗਾਰਡਿੰਗ ਕੁਝ ਕੁਐਸਚਨ ਪੁੱਛਾਂਗੀ ਤੇ ਤੁਸੀਂ ਜਵਾਬ ਦੇਣੇ ਹੈ ਠੀਕ ਹੈ ਹਾਂ ਇੱਕ ਮਿੰਟ ਮੈਨੂੰ ਤਾਂ ਗਾਣਾ ਦੱਸ ਦਿਓ ਕਿਹੜਾ ਤੁਹਾਡਾ ਨਹੀਂ ਨਹੀਂ ਉਹ ਨਹੀਂ ਪੁੱਛਣਾ ਅੱਛਾ ਪੁੱਛੋ ਤੁਸੀਂ ਪੁੱਛੋ ਰੌਣਕ ਗੁਰੀ ਨੂੰ ਖਾਂਦ ਵਿੱਚ ਸਭ ਤੋਂ ਜ਼ਿਆਦਾ ਕੀ ਪਸੰਦ ਹੈ ਵੈਸੇ ਤਾਂ ਖਾਂਦੇ ਸੀਗੇ ਪਹਿਲਾਂ ਤਾਂ ਜਦੋਂ ਮੈਂ ਸੈੱਟ 'ਤੇ ਦੇਖਿਆ ਇਹਨਾਂ ਹਜੇ ਤਾਂ ਡਾਇਟ ਚੱਲ ਰਹੀ ਹੈ ਤਾਂ ਬਹੁਤ ਸਟ੍ਰਿਕਟ ਡਾਇਟ ਫੋਲੋ ਕਰ ਰਹੇ ਹਾਂ ਨਹੀਂ ਪਸੰਦ ਕੀ ਉਹਨਾਂ ਨੇ ਪੁੱਛਿਆ
ਡਾਈਟ ਹੀ ਕਰ ਰਿਹਾ ਜਿੰਨਾ ਤਾਂ ਮੈਂ ਦੇਖਿਆ ਖਾਂਦੇ ਤਾਂ ਨਹੀਂ ਕੁਛ ਜ਼ਿਆਦਾ ਸਟ੍ਰਿਕਟ ਡਾਈਟ ਸੋ ਤੇ ਮੈਂ ਦਾਦੇ ਨੂੰ ਜਲੇਬੀਆਂ ਬਹੁਤ ਪਸੰਦ ਨੇ ਹੁਣ ਥੋੜਾ ਜਿਹਾ ਪਹਿਲਾਂ ਨਹੀਂ ਤੁਹਾਡੇ ਤੋਂ ਆਪਾਂ ਬਾਅਦ ਚੋਂ ਪੁੱਛਾਂਗੇ ਤੁਸੀਂ ਆਪਣਾ ਦੱਸੋ ਤੁਹਾਨੂੰ ਕੀ ਪਸੰਦ ਹੈ ਜਲੇਬੀਆਂ ਨਹੀਂ ਇਹਨਾਂ ਦੀ ਹਾਂਜੀ ਇਹਨਾਂ ਨੂੰ ਮੈਂ ਕਿਉਂ ਦੱਸਾਂ ਹੁਣ ਤੁਹਾਨੂੰ ਪੁੱਛਿਆ ਮੈਂ ਤਾਂ ਬੋਲਣ ਲੱਗਿਆ ਮੈਂ ਚੁੱਪ ਕਰਾਤਾ ਦੱਸੋ ਨਹੀਂ ਮੈਨੂੰ ਪੁੱਛਿਆ ਤੁਸੀਂ ਮੈਨੂੰ ਦੱਸ ਦਿਓ ਮੈਂ ਬੋਲ ਦਿੰਦੀ ਹਾਂ ਅੱਛਾ ਮੈਨੂੰ ਨੋ ਚੀਟਿੰਗ ਨਹੀਂ ਮੈਂ ਦੱਸਣ ਨਹੀਂ ਲੱਗਿਆ ਵੈਸੇ ਇਹਨਾਂ ਨੂੰ ਸਾਰਾ ਕੁਛ ਹੀ ਪਸੰਦ ਹੈ ਜਲੇਬੀਆਂ ਬਹੁਤ ਪਸੰਦ ਹੈ ਇਹਨਾਂ ਨੂੰ ਠੀਕ ਆ ਹਾਂ ਬੋਲ ਦੋ ਹੁਣ ਨਹੀਂ ਰੋਂਗ ਆਨਸਰ ਕੋਈ ਨਹੀਂ ਮੇਰਾ ਵੀ ਆਊਗਾ ਗੁਰੀ ਰੀਅਲ ਲਾਈਫ ਦੇ ਵਿੱਚ ਲਾਲੀ ਤੋਂ ਕਿੰਨਾ ਡਿਫਰੈਂਟ ਨੇ ਤੇ ਕਿਵੇਂ ਡਿਫਰੈਂਟ ਨੇ ਜਿਹੜੇ ਲੋਕੀ ਉਹਨਾਂ ਨੂੰ ਜਾਣਦੇ ਨੇ ਉਹਨਾਂ ਦੇ ਲਈ ਉਹ ਲਾਲੀ ਹੈ ਬਿਲਕੁਲ ਉਵੇਂ ਹੀ ਰਹਿੰਦੇ ਆ ਹੱਸਦੇ ਖੇਡਦੇ ਜਿਵੇਂ ਲਾਲੀ ਦਾ ਕੈਰੈਕਟਰ ਹੈਗਾ ਜਿਹੜੇ ਨਹੀਂ ਜਾਣਦੇ ਉਹਨਾਂ ਲਈ ਥੋੜ੍ਹਾ ਜਿਹਾ ਸੀਰੀਅਸ ਐਂਡ ਥੋੜ੍ਹਾ ਜਿਹਾ ਆਪਣੇ ਅਲੱਗ ਦੁਨੀਆ 'ਚ ਰਹਿਣ ਵਾਲੇ ਆਪਣੇ ਥੋਟਸ ਨਾਲ ਅਤੇ ਆਪਣੇ ਯੂ ਨੋ ਆਈਡੀਆਜ਼ ਨਾਲ ਰਹਿਣ ਵਾਲੇ ਇੱਕ ਆਈਸੋਲੇਟਡ ਜਿਹੇ ਮੁੰਡੇ ਓਕੇ ਜਦ ਤੁਸੀਂ ਪਹਿਲੀ ਵਾਰ ਗੁਰੀ ਨੂੰ ਸੈੱਟ 'ਤੇ ਮਿਲੇ ਸੀ ਉਹਨਾਂ ਨੂੰ ਵੇਖ ਕੇ ਕੀ ਰਿਐਕਸ਼ਨ ਸੀ ਅਤੇ ਕੀ ਫੀਲ ਕਰ ਰਹੇ ਸੀ ਤੁਸੀਂ ਉਸ ਟਾਈਮ ਆਪਾਂ ਪਹਿਲੀ ਵਾਰੀ ਸੈੱਟ 'ਤੇ ਨਹੀਂ ਸੀ ਮਿਲੇ ਆਪਾਂ ਪਹਿਲੀ ਵਾਰੀ ਸਾਡਾ ਸਕਰੀਨ ਟੈਸਟ ਹੋਇਆ ਸੀ ਇਕੱਠੇ ਆਪਾਂ ਉੱਥੇ ਮਿਲੇ ਸੀ ਅਤੇ ਉਸ ਟਾਈਮ ਮੇਰਾ ਧਿਆਨ ਥੋੜ੍ਹਾ ਫਿਲਮ ਵੱਲ ਜ਼ਿਆਦਾ ਸੀ ਸੋ ਮੈਂ ਇੰਨਾ ਨੋਟਿਸ ਨਹੀਂ ਕੀਤਾ ਇਹ ਬੜੀ ਨਰਵਸ ਸੀ ਹੁਣ ਦੱਸ ਨਹੀਂ ਰਹੀ ਪ੍ਰੋਪਰ ਮੈਂ ਨਰਵਸ ਤਾਂ ਬਿਲਕੁਲ ਨਹੀਂ ਕੁਰੀ ਤੁਸੀਂ ਦੱਸ ਦਿਓ ਫਿਰ ਜੀ ਨਹੀਂ ਨਹੀਂ ਬੜੀ ਨਰਵਸ ਸੀ ਉਦੋਂ ਇਹ ਤਾਂ ਬੋਲਣ ਸੀ ਆ ਰਿਹਾ ਇੱਦਾਂ ਮਤਲਬ ਅੱਜ ਜਿੱਦਾਂ ਇੰਟਰਵਿਊ ਪਹਿਲੀ ਵਾਰ ਕਰਨ ਲੱਗੇ ਇਹ ਅੱਜ ਬੜੀ ਨਰਵਸ ਸੀ ਪਹਿਲਾਂ ਸਟਾਰਟ 'ਚ ਨਾ ਅਤੇ ਉੱਦਾਂ ਹੀ ਉੱਦਣ ਪਹਿਲੇ ਦਿਨ ਵੀ ਇੱਦਾਂ ਹੀ ਨਰਵਸ ਸੀ ਬੋਲਦੀ ਸੀ ਗੱਲ ਨਹੀਂ ਕੀਤੀ ਤੂੰ ਤਾਂ ਉੱਦਣ ਇਹਨੇ ਐਂ ਡਰ ਡਰ ਕੇ ਜੇ ਨਾ ਵੀ ਗੱਲ ਵੀ ਨਹੀਂ ਕਰਨੀ ਪੋਲਾ ਬੋਲਾ ਜਿਹਾ ਬੋਲਣਾ ਹਾਂਜੀ ਹਾਂਜੀ ਓਕੇ ਓਕੇ ਅੱਛਾ ਇਹੋ ਜਿਹੇ ਕਿੰਨੇ ਕੁ ਸੀਨ ਸੀ ਜਿਹਦੇ ਵਿੱਚ ਗੁਰੀ ਨੇ ਮਲਟੀਪਲ ਰੀਟੇਕਸ ਲਏ ਰੀਟੇਕਸ ਨਾ ਹਮੇਸ਼ਾ ਇਸ ਲਈ ਨਹੀਂ ਹੁੰਦੇ ਵੀ ਕੁਝ ਗਲਤ ਕਰ ਰਿਹਾ ਐਕਟਰ ਠੀਕ ਆ ਉਹ ਇਹਦੇ ਲਈ ਵੀ ਹੋ ਸਕਦਾ ਹੈ ਵੀ ਇੱਕ ਬੈਟਰਮੈਂਟ ਲਈ ਐਕਟ ਸੀਨ ਹੋਰ ਵਧੀਆ ਹੋ ਸਕੇ ਸੀਨਸ ਮੈਂ ਕਹਾਂਗੀ ਰੀਟੇਕ ਤਾਂ ਨਹੀਂ ਹੋਏ ਬਟ ਇਨ ਜਨਰਲ ਆਪਾਂ ਹਰ ਸੀਨ ਨੂੰ ਬਹੁਤ ਪਰਫੈਕਟਲੀ ਵਾਰ ਵਾਰ ਕੋਸ਼ਿਸ਼ ਕੀਤੀ ਹੈ ਕਿ ਇੱਕ ਵੀ ਕੋਈ ਕਮੀ ਨਾ ਲੱਗੇ ਸੋ ਇੱਦਾਂ ਰੀਟੇਕਸ ਨਹੀਂ ਸੀਗੇ ਬਟ ਵਾਜ਼ ਜਸਟ ਕਿ ਇੱਕ ਬੈਟਰ ਐਕਟ ਹੋ ਜਾਵੇ ਹੋਰ ਵੈਰੀ ਵੈਲ ਡਨ ਰੌਣਕ ਹੁਣ ਵਾਰੀ ਹੈ ਗੁਰੀ ਦੀ ਹੁਣ ਗੁਰੀ ਤੁਸੀਂ ਦੱਸੋ ਰੌਣਕ ਨੂੰ ਸਭ ਤੋਂ ਜ਼ਿਆਦਾ ਖਾਣ ਵਿੱਚ ਕੀ ਪਸੰਦ ਹੈ ਇਹਨੂੰ ਪਸੰਦ ਸਾਰਾ ਕੁਝ ਹੈ ਮਤਲਬ ਜਾਂ ਮਿੱਠੇ ਜਲੇਬੀ ਹੋ ਗਈ ਇੱਕ ਜਾਂ ਇਹ ਨਿਕ ਬੇਕਰ ਦਾ ਕੇਕ ਹੋ ਗਿਆ ਨਾ ਨਿਕ ਬੇਕਰ ਤਾਂ ਮੈਨੂੰ ਬਿਲਕੁਲ ਪਸੰਦ ਓ ਸੌਰੀ ਪਤਾ ਨਹੀਂ ਅਸੀਂ ਖਾਂਦੇ ਸੀ ਉਦੋਂ ਤਾਂ ਬੜਾ ਪਸੰਦ ਸੀ ਮੈਂ ਨਹੀਂ ਖਾਇਆ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਨਹੀਂ ਤਾਂ ਥੋੜਾ ਥੋੜਾ ਖਾਦਾ ਕਰ ਦਿੰਦੀ ਫਿਰ ਐਂ ਨਹੀਂ ਪਹਿਲਾਂ ਕਹਣਾ ਮੈਂ ਇੰਨਾ ਖਾਣਾ ਇੰਨਾ ਖਾਣਾ ਫਿਰ ਇਹ ਥੋੜੀ ਜਿਹੀ ਚੀਜ਼ ਰੱਜ ਜਾਂਦੀ ਸੀ ਮੈਨੂੰ ਕਹੀ ਜਾਣਾ ਤੂੰ ਖਾਂਦੇ ਨਹੀਂ ਹੈਗਾ ਤੁਸੀਂ ਖਾਂਦੇ ਨਹੀਂ ਹੈਗੇ ਅਸੀਂ ਖਾ ਜਾਣਾ ਇਹ ਨਹੀਂ ਬਸ ਮਾੜਾ ਜਿਹਾ ਚਮਚ ਜਿਹਾ ਲਾਉਣਾ ਅਤੇ ਐਂ ਵੈਰੀ ਨਾ ਸਾਈਡ 'ਤੇ ਵੀ ਨਾ ਜੀ ਓਕੇ ਫਿਰ ਨਹੀਂ ਜ਼ਿਆਦਾ ਨਹੀਂ ਖਾਂਦੀ ਵੈਸੇ ਜਲੇਬੀਆਂ ਬਹੁਤ ਪਸੰਦ ਨੇ ਨਹੀਂ ਜਵਾਬ ਤਾਂ ਗਲਤ ਆ ਦੱਸੋ ਮੈਂ ਦੱਸਿਆ ਸੀ ਤੁਹਾਨੂੰ ਹਾਂ ਹੁਣੇ ਤੂੰ ਜਲੇਬੀਆਂ ਮੰਗ ਰਹੀ ਸੀ ਇੱਦਾਂ ਖਾਣਾ ਪਹਿਲਾਂ ਉਹ ਤਾਂ ਇੱਦਾਂ ਮੈਕਡੋਨਲਡਸ ਪਰ ਅੱਛਾ ਉਹਨਾਂ ਨੇ ਤੁਹਾਡੇ ਰੀਟੇਕਸ ਬਾਰੇ ਤਾਂ ਬਹੁਤ ਜਲਦੀ ਜਵਾਬ ਦਿੱਤਾ ਸੀ ਹੁਣ ਤੁਸੀਂ ਦੱਸੋ ਰੌਣਕ ਮੇਕਅਪ ਰੂਮ ਦੇ ਵਿੱਚ ਕਿੰਨੇ ਘੰਟੇ ਲਾਉਂਦੇ ਨੇ ਐਕਚੁਅਲੀ ਮੂਵੀ 'ਚ ਨਾ ਜਿੰਨੀ ਵੀ ਲੁਕਸ ਨੇ ਨਾ ਇਹ ਚਾਹੇ ਰੌਣਕ ਦੀਆਂ ਹੋਣ ਬਸ ਇੱਕ ਦੋ ਹੈਗੇ ਦੀ ਸ਼ੋਟ ਜਿਵੇਂ ਤਿਆਰ ਹੋਣ ਵਾਲਾ ਨਾ ਕਿ ਮੈਰਿਜ ਵਾਲਾ ਸੀਨ ਜਾਂ ਜਿੱਦਾਂ ਹੋ ਗਿਆ ਕੋਈ ਵੀ ਉੱਥੇ ਟਾਈਮ ਲੱਗਦਾ ਸੀ ਅਦਰਵਾਈਜ਼ ਇੰਨਾ ਮੇਕਅਪ ਵਾਲਾ ਸੀਨ ਹੈ ਵੀ ਨਹੀਂ ਸੀ ਜ਼ਿਆਦਾ ਤਾਂ ਮੋਸਟਲੀ ਰੇਡੀ ਹੁੰਦੇ ਸੀਗੇ ਨੈਚੁਰਲ ਰੱਖਣ ਦੀ ਕੋਸ਼ਿਸ਼ ਕੀਤੀ ਆ ਹਰੇਕ ਕਰੈਕਟਰ ਨੂੰ ਸੋ ਇੰਨਾ ਜ਼ਿਆਦਾ ਉਹ 'ਚ ਟਾਈਮ ਨਹੀਂ ਲੱਗਿਆ ਗਿਆ ਵੀ ਜਿੱਥੇ ਮੋਸਟਲੀ ਰੇਡੀ ਹੋਣ ਵਾਲਾ ਸੀ ਉੱਥੇ ਟਾਈਮ ਬਹੁਤ ਲਾਉਂਦੇ ਸੀ ਵੀ ਦੋ ਚਾਰ ਸੀਨ ਮੂਵੀ 'ਚ ਇੱਦਾਂ ਦੇ ਹੈਗੇ ਨੇ ਓਕੇ ਗੁਰੀ ਜਦ ਰੌਣਕ ਸੈੱਟ 'ਤੇ ਫ੍ਰੀ ਹੁੰਦੀ ਸੀ ਤਾਂ ਉਹਨਾਂ ਦਾ ਫੇਵਰੇਟ ਟਾਈਮ ਪਾਸ ਕੀ ਸੀ ਇਹ ਹੈੱਡਫੋਨ ਲਾ ਕੇ ਪਤਾ ਨਹੀਂ ਕੀ ਸੁਣਦੀ ਹੁਣ ਇਹ ਮੈਨੂੰ ਪਤਾ ਨਹੀਂ ਹੈੱਡਫੋਨ ਲਾ ਕੇ ਬੈਠੀ ਹੁੰਦੀ ਹੈ ਕੀ ਸੁਣਦੇ ਹੋ ਰੌਣਕ ਤੁਸੀਂ ਹੈੱਡਫੋਨ ਲਗਾ ਕੇ ਮੈਂ ਨਾ ਮੂਵੀਜ਼ ਦੇਖਦੀ ਸੀ ਵੀ ਉੱਥੇ ਸੈੱਟ ਦੀ ਅਲੱਗ ਵਾਈਬ ਹੁੰਦੀ ਹੈ ਮੈਂ ਹੌਰਰ ਮੂਵੀਜ਼ ਦੇਖਦੀ ਸੀ ਬਹਿ ਕੇ ਅੱਛਾ ਰੀਅਲ ਲਾਈਫ ਦੇ ਵਿੱਚ ਤਾਂ ਨਾ ਤੁਹਾਨੂੰ ਰੌਣਕ ਕਾਫੀ ਜ਼ਿਆਦਾ ਤੜਪਾ ਰਹੀ ਹੈ ਰੀਅਲ ਲਾਈਫ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿੰਨਾ ਪਰੇਸ਼ਾਨ ਕੀਤਾ ਸੈੱਟ 'ਤੇ ਸੈੱਟ 'ਤੇ ਨਹੀਂ ਜ਼ਿਆਦਾ ਨਹੀਂ ਕਿਉਂਕਿ ਸਾਡਾ ਸ਼ੂਟ ਸੀ ਜਿਹੜਾ ਮੋਸਟਲੀ ਉਹ ਨੋਕ ਜੋਕ ਚੱਲਦੀ ਰਹਿੰਦੀ ਹੈ ਨਾ ਇਹ ਮੈਨੂੰ ਬੜਾ ਤੰਗ ਕਰਦੀ ਉੱਦਾਂ ਜਦੋਂ ਸਾਡਾ ਸ਼ੋਟ ਚੱਲਣਾ ਜਾਂ ਰੀਟੇਕ ਵਾਲੇ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਹਨੇ ਕੋਸ਼ਿਸ਼ ਕਰਨੀ ਵੀ ਰੀਟੇਕ ਹੋ ਜਾਏ ਕੱਟ ਮੈਂ ਕੋਈ ਨਾ ਕੋਈ ਗੜਬੜ ਕਰਦਾ ਨਾ ਇੱਦਾਂ ਬੜਾ ਕਰਦੀ ਹੁੰਦੀ ਸੀ ਫਿਰ ਮੈਂ ਵੀ ਬੜਾ ਲੱਗ ਗਿਆ ਜੀ ਕਰਨ ਬਾਅਦ 'ਚ ਫਿਰ ਆਪਦੀ ਵਾਰੀ ਥੋੜ੍ਹਾ ਜਿਹਾ ਉਹ ਕਰਨ ਲੱਗ ਗਈ ਸੀ ਅੱਛਾ ਕਿਹੜੀ ਗੱਲ 'ਤੇ ਸਭ ਤੋਂ ਜ਼ਿਆਦਾ ਲੜਾਈ ਹੁੰਦੀ ਸੀ ਲੜਾਈ ਜ਼ਿਆਦਾ ਹੋਈ ਨਹੀਂ ਹੈ ਕਿ ਮੈਂ ਆਪ ਹੀ ਨਹੀਂ ਲੜਦਾ ਜ਼ਿਆਦਾ ਅੱਛਾ ਨਹੀਂ ਆਹ ਸਭ ਅਫਵਾਹਾਂ ਨੇ ਇੱਦਾਂ ਦਾ ਕੁਛ ਨਹੀਂ ਹੈ ਬਹੁਤ ਲੜਦਾ ਮੈਂ ਲੜਦਾ ਕਿ
ਨਹੀਂ ਮੈਂ ਮਤਲਬ ਮਾੜਾ ਮੋਟਾ ਹੈ ਨਾ ਥੋੜਾ ਥੋੜਾ ਰਹਿਣਾ ਵੀ ਚਾਹੀਦਾ ਹੱਸਦੇ ਖੇਡਦੇ ਰਹਿਣਾ ਚਾਹੀਦਾ ਇੰਨਾ ਇੰਨਾ ਪਿਆਰ ਵੀ ਨਹੀਂ ਹੋਣਾ ਚਾਹੀਦਾ ਲੜਦੇ ਰਹੋ ਹੱਸਦੇ ਰਹੋ ਅੱਛਾ ਰੌਣਕ ਤੁਹਾਨੂੰ ਗੁਰੀ ਦਾ ਸਭ ਤੋਂ ਜ਼ਿਆਦਾ ਕਿਹੜਾ ਗਾਣਾ ਪਿਆਰਾ ਲੱਗਦਾ ਹੈ ਤਾਂ ਕਿ ਉਹ ਸਾਨੂੰ ਹੁਣ ਸੁਣਾ ਸਕਣ ਇਹਨੂੰ ਇੱਕ ਹੀ ਗਾਣਾ ਪਤਾ ਵੈਸੇ ਉਹਦੇ ਨਾਲ ਆਣਾ ਹੈ ਗੁਰਤੇ ਤੇ ਤੇਰੇ ਘੜੀ ਆ 1 ਲੱਖ ਦੀ ਨਿਰਾਇਸ਼ਕ ਉਹ ਮੇਰਾ ਫੇਵਰੇਟ ਸੌਂਗ ਹੈ ਇਨ ਜਨਰਲ ਮੈਂ ਸੁਣੇ ਆ ਸਾਰੇ ਗਾਣੇ ਬਾਏ ਦ ਵੇ ਪਰ ਮੈਨੂੰ ਉਹ ਗਾਣਾ ਬਹੁਤ ਸੋਹਣਾ ਲੱਗਦਾ ਗੁਰੀ ਫਿਰ ਹੋ ਜਾਏ ਉਹ ਗਾਣਾ ਹਾਂ ਬਿਲਕੁਲ ਇਹੀ ਵਾਲੀ ਲਾਈਨ ਅੱਛਾ ਸਟਾਰਟ ਆ ਉਂਦਰਾ ਨਿਰਾ ਇਸ਼ਕ ਹੈ ਤੂੰ ਗੁੱਚੀ ਪਾਈ ਮਾਇਨੇ ਨਹੀਂ ਰੱਖਦੀ ਗੱਲ ਨਕਦ ਕਰੇ ਮੇਰੇ ਹੱਕ ਦੀ ਮੇਰੇ ਲਈ ਇੱਕ ਪਲ ਨਾ ਤੇਰੇ ਕੋ ਗੁੱਟ ਤੇ ਤੇਰੇ ਕੜੀ ਆ 1 ਲੱਖ ਦੀ ਤੇਰੇ ਲਈ ਸਾਰੀ ਦੁਨੀਆ ਗਾਤੀ ਮੈਂ ਵੇ ਤੂੰ ਨੀ ਤੱਕਦਾ ਮੈਨੂੰ ਹਾਏ ਵੇ ਸਾਰੀ ਦੁਨੀਆ ਗਾਤੀ ਮੈਂ ਵੇ ਤੂੰ ਨੀ ਤੱਕਦਾ ਮੈਨੂੰ ਨੇਰਾ ਇਸ਼ਕ ਹੈ ਤੂੰ ਨਾ ਪਤਾ ਤੈਨੂੰ ਮੈਂ ਤੇਰੇ ਅੱਗੇ ਪਿੱਛੇ ਨਾ ਤੱਕੇ ਮੈਨੂੰ ਨੇਰਾ ਇਸ਼ਕ ਹੈ ਤੂੰ ਇਸ਼ਕ ਹੈ ਤੂੰ ਇਸ਼ਕ ਹੈ ਤੂੰ ਇਸ਼ਕ ਹੈ ਤੂੰ ਵਾਓ ਹੁਣ ਵਾਰੀ ਹੈ ਗੇਮ ਖੇਡਣ ਦੀ ਤੇ ਅਸੀਂ ਗੇਮ ਖੇਡਾਂਗੇ ਹਾਂ ਜਾਂ ਨਾ ਜਿਹਦੇ ਵਿੱਚ ਮੈਂ ਇੱਕ ਸਵਾਲ ਪੁੱਛਾਂਗੀ ਤੇ ਤੁਸੀਂ ਦੋਵਾਂ ਨੇ ਇਕੱਠੇ ਰਿਐਕਸ਼ਨ ਦੇਣਾ ਓਕੇ ਆਰ ਯੂ ਰੈਡੀ ਓਕੇ ਬਿਨਾਂ ਪਰਮਿਸ਼ਨ ਤੋਂ ਕਿਸੇ ਦਾ ਫੋਨ ਚੈੱਕ ਕੀਤਾ ਹੈ ਉਹਨਾਂ ਦੀਆਂ ਪ੍ਰਾਈਵੇਟ ਚੈਟਸ ਪੜਨ ਦੀ ਕੋਸ਼ਿਸ਼ ਕੀਤੀ ਹੈ ਨਾ ਬਿਲਕੁਲ ਨਹੀਂ ਕਦੀ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਫੇਕ ਅਕਾਊਂਟ ਬਣਾਇਆ ਯੈਸ ਕੁਝ ਦੱਸਣਾ ਚਾਹੋਗੇ ਇਹਦੇ ਬਾਰੇ ਨਹੀਂ ਉਹਦਾ ਬਣਾਇਆ ਹੋਇਆ ਆਪਣੀ ਫੋਟੋਆਂ ਜਿਹੜੀਆਂ ਆਪਾਂ ਉਹਦਾ ਨਹੀਂ ਪਾ ਸਕਦੇ ਮੈਂ ਪਾ ਹੁੰਦਾ ਮੈਂ ਯੂਜ਼ਰ ਨੇਮ ਕੀ ਯੂਜ਼ਰ ਨੇਮ ਹੈ ਨਹੀਂ ਉਹਦਾ ਡਾਟ 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 ਆਪਣੀ ਖੁੰਦਕ ਕੱਢਣ ਲਈ ਕਦੀ ਕਿਸੇ ਨੂੰ ਅਨਨੋਨ ਨੰਬਰ ਤੋਂ ਫੋਨ ਕਰਕੇ ਗਾਲਾਂ ਕੱਢੀਆਂ ਨੇ ਨਹੀਂ ਬਿਲਕੁਲ ਨਹੀਂ ਕਦੇ ਕਿਸੇ ਆਪਣੇ ਫਰੈਂਡ ਦਾ ਬ੍ਰੇਕਅਪ ਕਰਵਾਇਆ ਜਸਟ ਬਿਕੋਜ਼ ਤੁਹਾਨੂੰ ਉਹਨਾਂ ਦਾ ਪਾਰਟਨਰ ਪਸੰਦ ਨਹੀਂ ਸੀ ਨਹੀਂ ਮੈਂ ਤਾਂ ਨਹੀਂ ਕਰਾਇਆ ਇਦਾਂ ਹੁੰਦਾ ਪਰ ਇਦਾਂ ਟਰਾਈ ਨਹੀਂ ਕੀਤਾ ਕਦੇ ਕਿਹਾ ਨਹੀਂ ਓਕੇ ਬ੍ਰੇਕਅਪ ਨਹੀਂ ਕਰਵਾਇਆ ਕਦੇ ਕਦੇ ਆਪਣੇ ਕੋ-ਸਟਾਰ ਤੇ ਕ੍ਰੈਸ਼ ਆਇਆ ਨਹੀਂ ਰੋਣੇ ਖਲੇ ਸੋਚ ਰਹੇ ਨਹੀਂ ਨਹੀਂ ਉਮੀਦ ਕਰ ਲਈ ਜਵਾਬ ਅੱਛਾ ਮੈਂ ਕਹਿਣਾ ਸੀ ਓ ਸੌਰੀ ਕਦੇ ਬਹੁਤ ਜ਼ਿਆਦਾ ਸ਼ਾਪਿੰਗ ਕਰਨ ਤੋਂ ਬਾਅਦ ਰਿਗਰੈਟ ਹੋਇਆ ਹੈ ਕਿ ਪੈਸੇ ਵੇਸਟ ਹੋ ਗਏ ਨਾ ਨਾ ਬਿਲਕੁਲ ਵੀ ਕਦੇ ਵੀ ਨਹੀਂ ਕਦੇ ਕਿਸੇ ਰੈਸਟੋਰੈਂਟ ਤੋਂ ਬਿੱਲ ਪੇ ਕਰੇ ਬਿਨਾ ਭੱਜਿਓ ਬਿਲਕੁਲ ਵੀ ਨਹੀਂ 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 ਬਿਲਕੁਲ ਨਹੀਂ ਨਹੀਂ ਕਦੇ ਕੋਈ ਪ੍ਰੋਜੈਕਟ ਰਿਜੈਕਟ ਕਰਨ ਤੋਂ ਬਾਅਦ ਰਿਗਰੈਟ ਫੀਲ ਹੋਇਆ ਨਹੀਂ ਇਦਾਂ ਦਾ ਕੁਝ ਹੋਇਆ ਨਹੀਂਗਾ ਲਵਰ ਮੂਵੀ ਦਾ ਮੈਨੂੰ ਜਦੋਂ ਪ੍ਰੋਜੈਕਟ ਮਿਲਿਆ ਸੀ ਇਹ ਬੈਸਟ ਲੱਗਿਆ ਤਾਂ ਆਪਾਂ ਨਾਲ ਦੇ ਨਾਲ ਜਿਹੜੀ ਚੀਜ਼ ਬੈਸਟ ਲੱਗਦੀ ਆ ਅਸੀਂ ਨਾਲ ਦੇ ਨਾਲ ਐਕਸੈਪਟ ਕਰ ਲਈ ਉਹਨੂੰ ਲੈ ਲਈਦਾ ਵੈਰੀ ਵੈਲ ਡਨ ਹੁਣ ਲਾਲੀ ਤੇ ਹੀਰ ਦਾ ਇੱਕ ਇੱਕ ਡਾਇਲੋਗ ਹੋ ਜਾਏ ਓਕੇ ਤੁਸੀਂ ਬੋਲੋ ਸਾਰੀ ਜ਼ਿੰਦਗੀ ਤੇਰੇ ਪਿੱਛੇ ਸਾਈਕਲ ਲੈ ਕੇ ਆਉਂਦਾ ਰਹੂੰਗਾ ਨੀਂਦੀ ਨੂੰ 5 ਰੁਪਏ ਦਿੰਦਾ ਰਹੂੰਗਾ ਤੇਰੇ ਲਈ ਆਟੋ ਦੀ ਸੀਟ ਸਾਫ਼ ਕਰਦਾ ਰਹੂੰਗਾ ਤੇਰੀ ਚੋਰੀ ਚੋਰੀ ਵੇਖਦਾ ਰਹੂੰਗਾ ਤੇਰੀ ਜੁੱਤੀ ਚਾਹ ਪੀਂਦਾ ਰਹੂੰਗਾ ਤੇਰੀ ਹਰ ਇੱਕ ਚੀਜ਼ ਨੂੰ ਸਾਂਭ ਸਾਂਭ ਰੱਖੂੰਗਾ ਹੀਰ ਸਾਰੀ ਜ਼ਿੰਦਗੀ ਤੇਰਾ ਪਰਛਾਵਾਂ ਬਣ ਕੇ ਤੇਰੇ ਨਾਲ ਨਾਲ ਰਹੂੰਗਾ ਇੱਦਾਂ ਦਾ ਕੋਈ ਫਾਸਟ ਡਾਇਲੋਗ ਚਾਹੀਦਾ ਓਕੇ ਨਹੀਂ ਮੇਰਾ ਮੇਰੇ ਤਾਂ ਬੜੇ ਪਿਆਰੇ ਪਿਆਰੇ ਜਿਹੇ ਆ ਹਾਂ ਮੇਰਾ ਫੇਵਰੇਟ ਤਾਂ ਆਹੀ ਆ ਵੀ ਜੇ ਲਾਲੀ ਹੀਰ ਲਈ ਆਪਣਾ ਖੂਨ ਵਹਾ ਸਕਦਾ ਤਾਂ ਹੀਰ ਕਿਉਂ ਨਹੀਂ ਹੀਰ ਕਿਉਂ ਨਹੀਂ ਉੱਚੀ ਉੱਚੀ ਥੋੜ੍ਹਾ ਜਿਹਾ ਜੇ ਲਾਲੀ ਹੀਰ ਲਈ ਆਪਣਾ ਖੂਨ ਵਹਾ ਸਕਦਾ ਤਾਂ ਹੀਰ ਕਿਉਂ ਨਹੀਂ ਵੈਰੀ ਨਾਈਸ ਇਹ ਡਾਇਲੋਗ ਦਾ ਰਿਐਕਟ ਹੀ ਆ ਪਹਿਲਾਂ ਮੇਰਾ ਡਾਇਲੋਗ ਹੈ ਤੇ ਇਹਦਾ ਜੀ ਜੀ ਬਿਲਕੁਲ ਓਕੇ ਬੈਸਟ ਆਫ ਲੱਕ ਫੋਰ ਯੋਰ ਮੂਵੀ ਥੈਂਕ ਯੂ ਉਮੀਦ ਕਰਦੇ ਹਾਂ ਤੁਹਾਡੀ ਫਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਤੇ ਤੁਸੀਂ ਸਾਡੇ ਵਿਊਅਰਸ ਨੂੰ ਕੋਈ ਖਾਸ ਮੈਸੇਜ ਦੇਣਾ ਚਾਹੋਗੇ ਇਹੀ ਕਿ ਇਸ ਪ੍ਰੋਜੈਕਟ ਤੇ ਲਵਰ ਮੂਵੀ ਤੇ ਸਾਡੀ ਸਾਰੀ ਟੀਮ ਨੇ ਬੜੇ ਟਾਈਮ ਤੋਂ ਅਸੀਂ ਲੱਗੇ ਹੋਏ ਹਾਂ ਵੀ ਇਹ ਲੋਕਡਾਊਨ ਤੋਂ ਵੀ ਪਹਿਲਾਂ ਦੇ ਇਹ ਚੀਜ਼ ਤੋਂ ਉਦੋਂ ਬਾਅਦ ਸ਼ੂਟ ਡਿਲੇ ਹੋ ਗਿਆ ਨਾ ਵੀ ਇਕੱਲੀ ਇਕੱਲੀ ਚੀਜ਼ 'ਤੇ ਸਾਰੇ ਇਕੱਲੇ ਇਕੱਲੇ ਬੰਦੇ ਨੇ ਚਾਹੇ ਉਹ ਡਾਇਰੈਕਟਰ ਹੋਵੇ ਚਾਹੇ ਮਿਊਜ਼ਿਕ ਪ੍ਰੋਡਿਊਸਰ ਹੋਵੇ ਹਰ ਇੱਕ ਬੰਦੇ ਨੇ ਬੜਾ ਐਫਰਟ ਲਾਇਆ ਕਿਉਂਕਿ ਮੂਵੀ ਆ ਤਾਂ ਰੋਮੈਂਟਿਕ ਆ ਅਤੇ ਉੱਤੋਂ ਗਾਣਿਆਂ 'ਤੇ ਤਾਂ ਓਬਵੀਅਸ ਵੀ ਜ਼ੋਰ ਲਾਉਣਾ ਸੀ ਬਾਕੀ ਤੁਸੀਂ ਇਕੱਲੀ ਇਕੱਲੀ ਟ੍ਰੇਲਰ ਨੂੰ ਬੜਾ ਪਿਆਰ ਦਿੱਤਾ ਰਿਵਿਊ ਜੋ ਦੇਖਣ ਨੂੰ ਮਿਲੇ ਨੇ ਜੋ ਤੁਸੀਂ ਕੰਪਲੀਮੈਂਟ ਦਿੱਤੇ ਆ ਸੋ ਥੈਂਕ ਯੂ ਸੋ ਮੱਚ ਬਾਕੀ ਗਾਣੇ ਤੁਸੀਂ ਸੁਣ ਲਓਗੇ ਜਦ ਤੱਕ ਆ ਇੰਟਰਵਿਊ ਆਉਣੀ ਆ ਤਾਂ ਤੁਹਾਨੂੰ ਬਹੁਤ ਵਧੀਆ ਲੱਗਣਾ ਬਾਕੀ ਅੱਗੇ ਜਦੋਂ 1 ਜੁਲਾਈ ਨੂੰ ਮੂਵੀ ਰਿਲੀਜ਼ ਹੋ ਜਾਣੀ ਆ ਸਿਨੇਮਾ 'ਚ ਤਾਂ ਤੁਸੀਂ ਜ਼ਰੂਰ ਜਾਇਓ ਵੇਖਣ ਅਤੇ ਦੱਸਿਓ ਜ਼ਰੂਰ ਵੀ ਤੁਹਾਨੂੰ ਕਿਵੇਂ ਲੱਗੀ ਅਤੇ ਜੇ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਦੱਸਿਓ ਵੀ ਹਾਂ ਦੇਖਣੀ ਚਾਹੀਦੀ ਤਾਂ ਆਪਣੇ ਫਰੈਂਡ ਸਰਕਲ ਨੂੰ ਆਪਣੇ ਫੈਮਿਲੀ ਨੂੰ ਅੱਗੇ ਜ਼ਰੂਰ ਦੱਸਿਓ ਰੌਣਕ ਤੁਸੀਂ ਕੀ ਕਹਿਣਾ ਚਾਹੋਗੇ
मैं बस यही कहना चाहवागी भी एक ओल्ड स्कूल जी लव स्टोरी है जिमें 2007-08 की गल आ पूरी कहानी उसते बेस्ड है लाली तो हीर जिमें अज की मॉडर्न लव स्टोरीज होंगी उदा दी नहीं है एक बहुत सिंपल तो क्यूट तो इनसेंट जी स्टोरी है तो तुम सारे प्लीज़ देखने जाओ क्योंकि ये थोड़े सारे नाल कनैक्ट करूगी हर एज ग्रुप लई एंड आप सारे ने बहुत हार्डवर्क किया बहुत मेहनत की है तो जो थोड़ा साडा काम वधिया लगे है ना एज यू सेड एप्रीशिएट जरूर करो तो 1 जुलाई में प्लीज़ देखने जाओ Thank you. Bye-bye. Thank you. Bye-bye.